जी राजा साहब आधार कड्ढो ना गुच्छी चो, कुर्सी कर लो लागे। आ फड़ो पहला आयनु फड़ो, एक ही है उस्तरा, ठीक हो गया, कैंची कैंची कंगा हो गया, होर बस यो ही होंदा सारे। नाइयां दा नहेरना हुंदा ओ किथे, नहेरना नहीं है साडे कोल, खोल के दिखा लो ना, अगे उदा हुंदा सी हुण उस्तरे दा ही बना लिया। हां जी। अच्छा, होर विच मशीन हुंदी सी नाइयां दी, ओ वी है देसी मशीन है कि हुण बलैती आ गई? देसी है। आ मशीन, हां जी, मोचना ਉਹੀ ਹੈਗਾ, ਇਹਨੂੰ ਪਰੇ ਰੱਖ ਲਾ ਯਾਰਾਂ ਨੂੰ ਮੰਜੇ ਤੇ। ਅੱਛਾ ਅੱਛਾ, ਇਹ ਜੀ ਮੋਚਣਾ, ਇਹ ਮੋਚਣਾ ਜੀ, ਠੀਕ ਹੈ ਜੀ। ਇਹਨੂੰ ਥੋੜ੍ਹਾ ਜਿਹਾ ਬੰਦ ਕਰਕੇ ਖੋਲ੍ਹ ਕੇ ਵੀ ਦਿਖਾ ਲਓ ਨਾ, ਇੱਦਾਂ ਇੱਦਾਂ, ਚਲੋ ਠੀਕ ਹੋ ਗਿਆ, ਠੀਕ ਠੀਕ ਹੋ ਗਿਆ ਜੀ। ਐਕਸ਼ਨ ਹੋਰ ਕੀ ਹੈ? ਬਸ ਇਹ ਖੁਸ਼ੀ ਹੁੰਦਾ ਜੀ। ਉਹ ਨਹੀਂ ਹੋਰ ਕੁਛ ਹੋਰ? ਨਹੀਂ ਨਹੀਂ। ਕੈਂਚੀਆਂ, ਸ਼ੀਸ਼ਾ? ਸ਼ੀਸ਼ਾ ਵੀ ਹੈ ਜੀ। ਉਹ ਨਾਈ ਕਿਹੜਾ ਜਿਹਦੇ ਕੋਈ ਸ਼ੀਸ਼ਾ ਨਾ ਹੋਇਆ? ਸ਼ੀਸ਼ਾ ਵੀ। ਕਿਆ ਬਾਤ ਹੈ, ਬਸ ਠੀਕ ਹੈ, ਬਾਕੀ ਉਸ ਤਰ੍ਹਾਂ ਕੈਂਚੀ ਵਿੱਚ ਹੋ ਗਿਆ। ਅੱਛਾ ਜੀ, ਠੀਕ। ਇੱਕ ਜਮੂਰ ਹੁੰਦੀ ਸੀ ਨਾਈਆਂ ਕੋ? ਨਹੀਂ, ਜਮੂਰ ਨਹੀਂ ਬਰਾ, ਜਿਹਨਾਂ ਦੰਦ ਪੁੱਟਦੇ ਹੁੰਦੇ ਸੀ ਉਹ ਨਾਈ ਹੁਣ ਬਸ। ਬਾਬਾ ਨੂਰੂ ਹੁੰਦਾ ਸੀ ਸਾਡੇ, ਅੱਲਾ ਉਹਨੂੰ ਜਨਮ ਨਸੀਬ ਕਰੇ, ਉਹਨੇ ਬਰਕਤ ਗੁੱਜਰ ਹੁੰਦਾ ਸੀ ਜੀ, ਉਹ ਜਵਾਨ ਤੇਰੇ ਜਿੱਡਾ ਸੀ। ਅੱਛਾ। ਉਹਨੂੰ ਉਹਨਾਂ ਢਾਹ ਲਿਆ, ਦੋ ਬੰਦੇ ਉਹਦੀਆਂ ਲੱਤਾਂ 'ਤੇ ਬਾਤ 'ਤੇ, ਦੋ ਉਹਦਿਆਂ ਮੁੰਡਿਆਂ 'ਤੇ, ਇੱਕ ਨੇ ਫੜ ਲਈ ਉਹਦੀ ਧੌਣ ਸਿਰ ਚੰਗੀ ਤਰ੍ਹਾਂ, ਇੱਕ 'ਤੇ ਬਹਿ ਗਿਆ ਬਾਬਾ ਨੂਰੂ। ਬਾਬੇ ਨੂਰੂ ਨੇ ਨਾ ਉਹਦਾ ਮੂੰਹ ਅੱਡ ਕੇ ਆਪਣੀ ਗੁੱਛੀ ਚੋਂ ਕੱਢੀ ਜਬੂਰ, ਤਾਂ ਉਹਦੀ ਦਾੜ ਦੁਖਦੀ ਸੀ, ਕਹਿੰਦਾ ਹਣੋ ਦੁਖਦੀ, ਹਣੋ ਦੁਖਦੀ ਹੈ, ਹਣੋ ਕਹਿੰਦਾ ਸੀ ਦਾੜਾਂ ਨੂੰ, ਕੱਢ ਕੇ ਮਾਰੀ ਮਾਂ, ਉਹ ਕਹਿੰਦਾ ਤੂੰ ਮਰ ਜਾ ਮਰ ਜਾ, ਇਹ ਤਾਂ ਦੁਖਦੀ ਨਹੀਂ ਸੀ, ਨਾਲ ਦੀ ਦੁਖਦੀ ਸੀ। ਉਹਨੇ ਕਿਹਾ ਇਹਨੂੰ ਛੱਡਿਓ ਨਾ ਬਈ, ਫਿਰ ਢਾ ਲਿਆ, ਦੂਜੀ ਕੱਢ, ਚਾਰ ਕੱਢਤੀਆਂ ਉਹਦੀਆਂ। ਹਾਂਜੀ, ਹੁਣ ਜਨਾਬ ਡੈਂਟਲ ਡਾਕਟਰਾਂ ਕੋਲ ਜਾਂਦੇ ਆ। ਚਲੋ ਜੀ, ਰਾਜਾ ਅੱਲਾ ਦਿੱਤਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।